ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ 3 ਅਕਤੂਬਰ ਨੂੰ 2 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਲਗਭਗ 35 ਸਥਾਨਾਂ 'ਤੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਕਾ ਜਾਮ ਹੋਵੇਗਾ। ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਤੋਂ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਤਰਨ ਤਾਰਨ ਦੇ ਵਿੱਚ, ਤਰਨ ਤਾਰਨ ਸ਼ਹਿਰ 'ਤੇ ਪੱਟੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਧਰ ਟਾਂਡਾ ਅਤੇ ਹੁਸ਼ਿਆਰਪੁਰ ਖਾਸ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਿਲ੍ਹਾ ਰਾਏਪੁਰ ਅਤੇ ਸਾਹਨੇਵਾਲ ਦੇ ਵਿੱਚ, ਇਸ ਦੇ ਨਾਲ ਹੀ ਜ਼ਿਲ੍ਹਾ ਜਲੰਧਰ ਦੇ ਵਿੱਚ ਫਲੌਰ ਅਤੇ ਲੋਈਆਂ, ਫਿਰੋਜ਼ਪੁਰ ਦੇ ਵਿੱਚ ਤਲਵੰਡੀ ਭਾਈ ਮੱਲਾਵਾਲਾ ਅਤੇ ਹੋਰ ਵੱਖ ਵੱਖ ਥਾਵਾਂ 'ਤੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ। ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ 3 ਸਥਾਨਾਂ 'ਤੇ ਅਤੇ ਰਾਜਸਥਾਨ ਦੇ ਵਿੱਚ 2 ਸਥਾਨਾਂ 'ਤੇ, ਉੱਧਰ ਤਮਿਲਨਾਡੂ ਦੇ ਵਿੱਚ ਵੀ 2 ਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿੱਚ 2 ਥਾਵਾਂ ਅਤੇ ਯੂਪੀ ਦੇ ਵਿੱਚ 3 ਥਾਵਾਂ ਉੱਤੇ ਰੇਲਾਂ ਦਾ ਚੱਕਾ ਜਾਮ ਹੋਵੇਗਾ। ਉਹਨਾਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰਾਂ ਨੂੰ ਇਸ ਦੇ ਨਾਲ ਲੋਕਾਂ ਨੂੰ 3 ਅਕਤੂਬਰ ਨੂੰ ਵੱਡੇ ਪੱਧਰ 'ਤੇ ਕਿਸਾਨਾਂ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ MSP ਦੀ ਲੀਗਲ ਗਰੰਟੀ ਅਤੇ ਹੋਰ ਜਿਹੜੀਆਂ ਕਿਸਾਨੀ ਮੰਗਾਂ ਨੇ ਉਹ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਨੂੰ ਲੈ ਕੇ ਮੰਗਾਂ ਸੰਬੰਧੀ ਹੁਣੇ ਸੰਘਰਸ਼ ਉਲੀਕਿਆ ਜਾ ਰਿਹਾ। ਮੈਂ ਸਰਵਣ ਸਿੰਘ ਪੰਧੇਰ, ਦੋਵਾਂ ਫੋਰਮਾਂ ਵੱਲੋਂ ਜਿਹੜਾ ਕੱਲ੍ਹ ਦਾ 2 ਘੰਟੇ ਦਾ ਰੇਲ ਰੋਕੋ ਅੰਦੋਲਨ ਆ, ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਮਾਤਾਵਾਂ ਭੈਣਾਂ ਨੂੰ ਅਪੀਲ ਕਰਦਾ ਵੀ ਲਗਭਗ 22 ਜ਼ਿਲ੍ਹਿਆਂ ਵਿੱਚ ਦੇਵੀਦਾਸਪੁਰਾ ਅੰਮ੍ਰਿਤਸਰ ਸਮੇਤ ਅਤੇ ਦੋਗਾ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਆ, ਵੱਧ ਤੋਂ ਵੱਧ ਗਿਣਤੀ ਵਿੱਚ ਕੱਲ੍ਹ ਜਿਹੜਾ ਵਾ ਰੇਲਾਂ 'ਤੇ ਪਹੁੰਚਿਆ ਜਾਵੇ ਅਤੇ ਮੂੰਹ ਤੋੜ ਜਵਾਬ ਦਿੱਤਾ ਜਾਵੇ। ਜਿਵੇਂ ਕੱਲ੍ਹ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਵੀ ਕਿਸਾਨ ਆਗੂਆਂ ਨੂੰ ਜਿਹੜੇ ਇਸ ਕੰਮਾਂ ਲਈ ਜ਼ਿੰਮੇਵਾਰ ਆ, ਜਿਹੜੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਜਾਂ ਜੋ ਕ੍ਰਾਈਸਿਸ ਕਿਸਾਨੀ ਵਿੱਚ ਆ ਰਿਹਾ, ਜਾਂ ਉਹਨਾਂ ਨੂੰ ਕੀ ਪਤਾ ਹੈਗਾ ਵੀ ਡੀਜ਼ਲ ਦੀਆਂ ਜਾਂ ਦੂਜੀਆਂ ਤੀਜੀਆਂ ਸਮੱਸਿਆ ਕਿਸਾਨਾਂ ਨੂੰ ਹੈਗੀਆਂ, ਉਹ ਵਰਗ ਲਾਉਂਦੇ ਆ ਕਿਸਾਨਾਂ ਨੂੰ। ਤਾਂ ਰਵਨੀਤ ਬਿੱਟੂ ਜੀ, ਤੁਹਾਨੂੰ ਕਹਿਣਾ ਚਾਹੁੰਦੇ ਹਾਂ, ਜੇ ਹੁੰਦੇ ਨਾ ਤੁਹਾਡੇ ਮਰੇ ਜੀਵ ਥੱਲੇ ਦੇ ਕੇ ਕਿਸੇ ਨੇ ਮਾਰੇ ਹੁੰਦੇ ਤਾਂ ਤੁਹਾਡੇ ਕਾਲਜੇ ਨੂੰ ਪੈਂਦਾ ਹੱਥ ਅਤੇ ਤੁਹਾਨੂੰ ਮਿਲਦਾ ਨਾ ਇਨਸਾਫ, ਔਰ ਜਿਨ੍ਹਾਂ ਨੇ ਤੁਹਾਡੇ ਮਾਰੇ ਹੁੰਦੇ ਉਹਨਾਂ ਨੂੰ ਜ਼ਮਾਨਤਾਂ ਦੇ ਕੇ ਬਾਹਰ ਕਢਾਇਆ ਹੁੰਦਾ ਤਾਂ ਫਿਰ ਤੁਹਾਨੂੰ ਪੁੱਛਦੇ ਵੀ ਤੁਹਾਡੇ ਦਿਲ 'ਤੇ ਕੀ ਬੀਤਦੀ ਆ। ਤੋ ਸ਼ਰੇਆਮ ਜਿਹੜੀ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਜੀ ਆ, ਉਹਦੇ ਮੰਤਰੀ ਜਿਹੜੇ ਸਾਬਕਾ ਮੰਤਰੀ, ਉਹਦੇ ਮੁੰਡੇ ਨੇ ਥਾਰ ਗੱਡੀ ਚੜ੍ਹਾਈ ਸਾਡੇ ਕਿਸਾਨਾਂ 'ਤੇ, ਪੱਤਰਕਾਰ 'ਤੇ, ਸ਼ਰੇਆਮ ਕਤਲ ਕੀਤਾ ਵਾ ਅਤੇ ਮੰਤਰੀ ਦੇ ਮੁੰਡੇ ਨੂੰ ਜ਼ਮਾਨਤ ਦੇ ਕੇ ਬਾਹਰ ਕਢਾਇਆ ਗਿਆ, ਮੰਤਰੀ ਦੇ ਭਰਾ ਨੂੰ ਜਿਹੜਾ ਵਾ ਉਹ ਬਾਹਰ ਕਢਾਇਆ ਗਿਆ ਵਾ ਅਤੇ ਬਾਕੀਆਂ ਨੂੰ ਜ਼ਮਾਨਤਾਂ ਦੇਣ ਦੀ ਤਿਆਰੀ ਹੋ ਰਹੀ ਆ। ਕਿਉਂ ਨਾ ਇਨਸਾਫ ਲਈ ਲੜੀਏ? ਇਹਦੋਗਾ MSP ਲੀਗਲ ਗਰੰਟੀ ਕਾਨੂੰਨ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲਾਂ ਵਰਗਰਾਇਆ ਸਾਨੂੰ ਵੀ MSP ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ। ਜਦੋਂ ਕੰਜ਼ੂਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀਗੇ, ਉਹ ਇਹ ਵੀ ਕਿਹਾ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ। C250 ਅਨੁਸਾਰ ਫਸਲਾਂ ਦੇ ਭਾਅ ਦੇਣੇ ਸੀ ਬਿੱਟੂ ਸਾਹਿਬ, ਅਤੇ ਤੁਹਾਡੀ ਪਾਰਟੀ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦੇ ਦਿੱਤਾ ਵੀ ਅਸੀਂ ਦੇ ਨਹੀਂ ਸਕਦੇ ਹੈਗੇ। 2019 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਤੁਸੀਂ ਫੈਸਲਾ, ਵਰਗ ਲਾਉਂਦੇ ਤਾਂ ਤੁਸੀਂ ਜੇ, ਔਰ ਅਸੀਂ ਪਹਿਲਾਂ ਵੀ ਪ੍ਰੈਸ ਨੂੰ ਕਿਹਾ ਸੀ ਵੀ ਪਹਿਲਾਂ ਅਮਿਤ ਸ਼ਾਹ ਜੀ, ਫਿਰ ਕੰਗਨਾ ਰਣਾਵਤ ਜੀ, ਫਿਰ ਖੱਟੜ ਸਾਹਿਬ, ਅਤੇ ਬਾਅਦ 'ਚ ਅਸੀਂ ਕਿਹਾ ਸੀ ਰਵਨੀਤ ਬਿੱਟੂ ਦਾ ਬਿਆਨ ਵੀ ਆਊਗਾ, ਆ ਗਿਆ, ਸਾਨੂੰ ਪਤਾ ਸੀ। ਤੋ ਨਾਗਪੁਰ ਤੋਂ ਸਾਰੀ ਸਿਆਸਤ ਤੈਅ ਹੁੰਦੀ ਆ। ਰਵਨੀਤ ਬਿੱਟੂ ਜੀ ਨੂੰ ਚੁਣਿਆ ਹੀ ਇਸ ਕਰਕੇ ਗਿਆ ਸੀ ਵੀ ਇੱਕ ਪੱਗ ਵਾਲਾ ਬੰਦਾ ਚਾਹੀਦਾ
ਜਿਹੜਾ ਜਿਹੜਾ ਕੱਲ ਲਗਾਤਾਰ ਕਿਸਾਨ ਲੀਡਰਾਂ ਨੂੰ ਗਾਲਾਂ ਕੱਢਦਾ ਰਹੇ। ਬਿੱਟੂ ਜੀ ਆਪਣੀ ਪਾਰਟੀ ਵੇਖ ਲਓ, ਤੁਹਾਡੇ ਪ੍ਰਧਾਨ ਸਾਹਿਬ ਨਾਰਾਜ਼ ਹੋ ਕੇ ਬੈਠੇ ਆ, ਜਦੋਂ ਤੁਸੀਂ ਮੰਤਰੀ ਬਣੇ ਜੇ ਉਦੋਂ ਦੀ ਸਾਰੀ ਭਾਜਪਾ ਨਾਰਾਜ਼ ਹੋ ਕੇ ਬੈਠੀ ਪਈ ਆ, ਆਪਣੇ ਘਰ ਝਾਤੀ ਮਾਰ ਲਓ ਘਰ ਕੀ ਬਣ ਰਿਹਾ। ਇਸ ਕਰਕੇ ਔਰ ਜਿਹੜੀ ਖਰੀਦ ਨਹੀਂ ਸ਼ੁਰੂ ਹੋਈ ਕੱਲ, ਆੜ੍ਹਤੀ ਹੜਤਾਲ 'ਤੇ ਨੇ, ਮਜ਼ਦੂਰ ਹੜਤਾਲ 'ਤੇ ਨੇ, ਮਿਲਰਾਂ ਦਾ ਡਰੌਲਾ ਚੱਲ ਰਿਹਾ। ਦੇਖੋ ਅਸੀਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ, ਬਿੱਟੂ ਸਾਹਿਬ ਤੁਹਾਡੇ ਸਰਕਾਰ ਇਸ ਕੰਮ ਲਈ ਬਹੁਤ ਵੱਡੇ ਪੱਧਰ 'ਤੇ ਜ਼ਿੰਮੇਵਾਰ ਆ। ਤੁਸੀਂ ਪੰਜਾਬ ਨਾਲ ਬਦਲੇ ਦੀ ਭਾਵਨਾ ਨਾਲ ਸਭ ਕੁਝ ਕਰ ਰਹੇ ਜੇ, ਔਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਇਹ ਤਿੰਨੇ ਵਰਗ ਆੜ੍ਹਤੀ ਮਜ਼ਦੂਰ ਅਤੇ ਕਿਸਾਨਾਂ ਨੂੰ ਰਲ ਕੇ ਤਕੜਾ ਅੰਦੋਲਨ ਨਾ ਕਰਨਾ ਪੈ ਜਾਵੇ ਇਸ ਤੋਂ ਪਹਿਲਾਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ, ਚਾਹੇ ਕੇਂਦਰ ਸਰਕਾਰ ਆ ਅਤੇ ਚਾਹੇ ਪੰਜਾਬ ਸਰਕਾਰ ਆ। ਔਰ ਜਿਹੜੇ ਪਾਪ ਕਮਾਏ ਆ ਰਵਨੀਤ ਬਿੱਟੂ ਜੀ ਦੀ ਪਾਰਟੀ ਨੇ, ਜਿਹੜੇ 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 ਸਾਡੇ ਖੂਨ ਨਾਲ ਹੱਥ ਰੰਗੇ ਨਾ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਨਾਲ, ਔਰ ਜਿਵੇਂ 433 ਜ਼ਖਮੀ ਕੀਤੇ ਆ, ਜਿਵੇਂ ਫਸਲ ਉਗਾਈ ਸੀ ਕਿੱਲਾਂ ਦੀ, ਬਿੱਟੂ ਸਾਹਿਬ ਆ ਗਿਆ ਸਮਾਂ 5 ਨੂੰ ਦੇ ਦੇਣਗੇ ਹਰਿਆਣੇ ਵਾਲੇ ਜਵਾਬ। ਔਰ ਅਸੀਂ ਕਹਿੰਦੇ ਵੀ ਹੁਣ ਵੱਧ ਚੜ੍ਹ ਕੇ ਲੋਕ ਆਉਣਗੇ, ਕੰਮ ਛੱਡ ਕੇ ਵੀ ਆਉਣਗੇ। ਜਦੋਂ ਬਿੱਟੂ ਵਰਗੇ ਬੰਦੇ ਚੈਲੰਜ ਕਰਦੇ ਆ ਪੰਜਾਬੀਆਂ ਨੂੰ ਵੀ ਨਹੀਂ ਆਉਣਾ ਕੰਮ ਕਰ ਰਿਹਾ, ਵੱਧ ਚੜ੍ਹ ਕੇ ਆਉਂਦੇ ਹੁੰਦੇ ਆ, ਅਤੇ ਵੱਧ ਚੜ੍ਹ ਕੇ ਰੇਲ ਰੋਕੋ ਅੰਦੋਲਨ ਕੱਲ੍ਹ ਦਾ ਹੋਊਗਾ। ਧੰਨਵਾਦ।